ਤੇ ਮਜ਼ਾ ਨਾਲ ਸਭ ਖਾਂਗੇ। ਮੈਂ ਮਾਂ ਦਾ ਰੋਲ ਤੁਸੀਂ ਬਹੁਤ ਵਧੀਆ ਦੱਸਿਆ ਕਿ ਉਹ ਮਾਸ ਖਾਂਦੀ ਆ ਖਾਂਦ ਸ਼ੁਰੂ ਕਰਦੀ ਆ ਕਿ ਬੱਚੇ ਨੇ। ਜੀ ਇਹ ਦੇਖੋ ਇਸ ਤਰ੍ਹਾਂ ਉਹਨਾਂ ਦੀ ਪੈਨਸਲ ਕਿਟ ਹੈ ਤੇ ਉਹ ਵੀ ਸੋਨੇ ਸੁਚੱਜੇ ਇਹ ਬੁਟੀਕ ਤੋਂ ਜਿਹੜੇ ਟੋਟੇ ਮਿਲਦੇ ਆ ਜਿਹੜੇ ਕੱਪੜਿਆਂ ਦੇ ਜਿਨੂੰ ਅਸੀਂ ਪ੍ਰੀ ਕੰਜ਼ਿਊਮਰ ਵੇਸਟ ਕਹਿੰਦੇ ਆ। ਉਹ ਇਸਤੇਮਾਲ ਕਰਕੇ ਅਗਰ ਬੱਚਿਆਂ ਨੂੰ ਆਦਤ ਪੈ ਜਾਏ ਉਹਨਾਂ ਨੂੰ ਆਪ ਬਣਾਉਣਾ ਸਿਖਾਇਆ ਜਾਏ ਇੱਕ ਤੇ ਸਾਡੀ ਜਿਹੜੀ ਪੁਰਾਣੀ ਸਾਰੀ ਲਿਆਕਤਾ ਹੈ ਉਹ ਵਾਪਸ ਆਨ ਗਿਆ ਤੇ ਬੱਚੇ ਵੀ ਮਜ਼ੇ ਨਾਲ ਵੱਖਰਾ ਵੱਖਰਾ ਕੀਤਾ ਜਾਣਾ ਚਾਹੀਦਾ ਹੈ ਅਗਰ ਮੈਂ ਗਿੱਲਾ ਕੂੜਾ ਸੁੱਕੇ ਕੂੜੇ ਦੇ ਨਾਲ ਮਿਲਾ ਲਾਂਗੀ जो मेरा कूड़ा चुकन आने वो उस सुे कूड़े न इस्तेमाल नहीं कर पा जिमें कि मैम ने गलती कि रीसाइकलिंग हो सकती है पेपर की कार्डबोर्ड की है ना प्लास्टिक अलग अच्छी वरतों दिती जा सकती है दोबारा कि रीसाइकल किया जा है। पर अगर वेद गिला कूड़ा होएगा और नाल, लाल डस्टबिन जा वाला बायो हैजडस वेस्ट होएगा यानी कि तो थोड़े डायपरस और एडल्ट डाय मैं दसो अपना सोना तो चादी कितने सुट दौ ਤੁਸੀਂ ਸੁੱਟਦੇ ਹੋ ਹੀਰੇ ਨਹੀਂ ਸੋ ਜਿਹੜਾ ਮਾਨਵ ਹੈ ਉਹ ਬੜਾ ਹੀ ਮੈਂ ਕਵਾਂਗੀ ਖਰਾਬ ਬੁੱਧੀ ਵਾਲਾ ਹੈ ਜਿਹੜੀ ਤੇ ਜ਼ਰੂਰੀ ਚੀਜ਼ਾਂ ਮਹਿੰਗੀਆਂ ਚੀਜ਼ਾਂ ਪਲੈਟਿਨਮ 골ਡ ਡਾਇਮੰਡਸ ਅਸੀਂ ਕਦੀ ਕੂੜੇ 'ਚ ਨਹੀਂ ਸੁੱਟਦੇ ਪਰ ਜੋ ਸਾਨੂੰ ਸਸਤੀਆਂ ਚੀਜ਼ਾਂ ਲੱਗਦੀਆਂ ਉਹ ਅਸੀਂ ਕੂੜੇ 'ਚ ਸੁੱਟ ਦਿੰਦੇ ਆ ਯਾਨੀ ਕਿ ਕ੍ਰੇਡਲ ਟੂ ਗ੍ਰੇਵ ਯਾਨੀ ਕਿ ਪੰਗੂੜੇ ਤੋਂ ਕਿੱਥੇ ਜਾ ਰਿਹਾ ਉਹ ਗ੍ਰੇਵ ਵਿੱਚ ਯਾਨੀ ਕਿ ਲੈਂਡਫਿਲ ਇਟ ਜਾ ਰਿਹਾ ਬਿਲਕੁਲ ਤੇ ਪਰ ਬਾਕੀ ਜਿਹੜਾ ਘਸੋਨਾ ਚਾਹੀਦੀ ਹੈ ਉਹ ਸਾਰਾ ਸਰਕੂਲਰ ਇਕਨੋਮੀ ਦਾ ਹਿੱਸਾ ਹੈ ਯਾਨੀ ਕਿ ਉਹ بار 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 ਹਜ਼ਾਰ ਵਾਰ بار بار ਅਸੀਂ ਇਸਤੇਮਾਲ ਕਰ ਰਹੇ ਹਾਂ